ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਤੇ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਵੱਲੋਂ ਸੈਸ਼ਨ 2023-24 ਦਾ ਜੋ ਰਿਜ਼ਲਟ ਡਿਕਲੇਅਰ ਕੀਤਾ ਗਿਆ ਸੀ ਉਸ ਵਿੱਚੋਂ 5ਵੀਂ 8ਵੀਂ 10ਵੀਂ ਤੇ 12ਵੀਂ ਜਮਾਤ ਦੇ ਕੁਝ ਵਿਦਿਆਰਥੀਆਂ ਦੀ ਕੰਪਾਰਟਮੈਂਟ ਆ ਗਈ ਸੀ ਤੇ ਕੰਪਾਰਟਮੈਂਟ ਦੇ ਫਾਰਮ ਭਰੇ ਜਾ ਚੁੱਕੇ ਹਨ ਦੋਸਤੋ 5ਵੀਂ 8ਵੀਂ 10ਵੀਂ ਤੇ 12ਵੀਂ ਜਮਾਤ ਦੇ ਕੰਪਾਰਟਮੈਂਟ ਦੇ ਪੇਪਰ ਜੋ ਜੁਲਾਈ ਮਹੀਨੇ ਵਿੱਚ ਹੋਣੇ ਹਨ ਇਹਨਾਂ ਦੀ ਡੇਟਸ਼ੀਟ ਕੀ ਹੋਵੇਗੀ ਪੀਪਰ ਕਦੋਂ ਤੋਂ ਸ਼ੁਰੂ ਹੋਣਗੇ ਰੋਲ ਨੰਬਰ ਕਦੋਂ ਤੋਂ ਡਾਊਨਲੋਡ ਹੋਣੇ ਸ਼ੁਰੂ ਹੋਣਗੇ ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤੇ ਜੇਕਰ ਤੁਸੀਂ ਇਸ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਦੋਸਤੋ 10ਵੀਂ ਤੇ 12ਵੀਂ ਜਮਾਤ ਦੇ ਜੋ ਕੰਪਾਰਟਮੈਂਟ ਦੇ ਪੀਪਰ ਹੋਣਗੇ ਉਹਨਾਂ ਦੀ ਕੀ ਇਨਸਟਰਕਸ਼ਨ ਹੋਣਗੀਆਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਵੋ ਪ੍ਰੀਖਿਆਰਥੀ ਨੂੰ ਉੱਤਰ ਪੱਤਰੀ OMR ਸ਼ੀਟ ਦੇ ਕਾਲਮ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ। ਦੋਸਤੋ, OMR ਸ਼ੀਟ ਨੂੰ 15 ਮਿੰਟ ਤੋਂ ਪਹਿਲਾਂ ਸਹੀ ਤਰੀਕੇ ਨਾਲ ਤੁਸੀਂ ਕਿਵੇਂ ਫਿਲ ਕਰ ਸਕਦੇ ਹੋ, ਇਸ ਸਬੰਧੀ ਵੀਡੀਓ ਤੁਸੀਂ ਉੱਪਰ i ਬਟਨ ਤੋਂ ਦੇਖ ਸਕਦੇ ਹੋ। ਜਿਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਵੀਡੀਓ ਦਾ ਲਿੰਕ ਪਾ ਦੇਵਾਂਗਾ, ਜਿੱਥੋਂ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ। ਦੋਸਤੋ, ਇਸ ਤੋਂ ਇਲਾਵਾ ਸਾਰੀਆਂ ਇਨਸਟਰਕਸ਼ਨ ਨੂੰ ਧਿਆਨ ਨਾਲ ਪੜ੍ਹ ਲਵੋ ਤੇ ਹੁਣ ਅਸੀਂ 5ਵੀਂ, 8ਵੀਂ, 10ਵੀਂ ਤੇ 12ਵੀਂ ਜਮਾਤ ਦੀ ਡੇਟ ਸ਼ੀਟ ਨੂੰ ਦੇਖਦੇ ਹਾਂ। ਦੋਸਤੋ ਪੰਜਵੀਂ ਜਮਾਤ ਦੀ ਕੰਪਾਰਟਮੈਂਟ ਦੀ ਪ੍ਰੀਖਿਆ ਜੋ ਜੁਲਾਈ ਮਹੀਨੇ ਵਿੱਚ ਹੋ ਰਹੀ ਹੈ ਇਸ ਦਾ ਪਹਿਲਾ ਪੇਪਰ 4 7 2024 ਨੂੰ ਹੋਵੇਗਾ ਜਿਸ ਵਿੱਚ ਪੰਜਾਬੀ ਹਿੰਦੀ ਉਰਦੂ ਪਹਿਲੀ ਭਾਸ਼ਾ ਇਸ ਤੋਂ ਇਲਾਵਾ 6 8 10 ਤੇ 11 ਤਰੀਕ ਨੂੰ ਪੇਪਰ ਹੋਣਗੇ ਅੰਗਰੇਜ਼ੀ ਵਾਤਾਵਰਣ ਗਣਿਤ ਤੇ ਪੰਜਾਬੀ ਹਿੰਦੀ ਤੇ ਉਰਦੂ ਦੂਜੀ ਭਾਸ਼ਾ ਇਸ ਤੋਂ ਇਲਾਵਾ ਜੇਕਰ ਕੋਈ ਵੀ ਤੁਹਾਨੂੰ ਟੈਕਨੀਕਲ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਦਿੱਤੇ ਹੋਏ ਕੰਟੈਕਟ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਹੁਣ 8ਵੀਂ ਜਮਾਤ ਦੀ ਅਸੀਂ ਡੇਟ ਸ਼ੀਟ ਦੇਖਦੇ ਹਾਂ ਦੋਸਤੋ 8ਵੀਂ ਜਮਾਤ ਦੇ ਕੰਪਾਰਟਮੈਂਟ ਦੇ ਪੇਪਰ ਜੋ ਜੁਲਾਈ ਮਹੀਨੇ ਵਿੱਚ ਹੋ ਰਹੇ ਹਨ ਇਹ 4 7 2024 ਤੋਂ ਹੀ ਸ਼ੁਰੂ ਹੋ ਰਹੇ ਹਨ ਪਹਿਲਾ ਪੇਪਰ ਅੰਗਰੇਜ਼ੀ ਦਾ ਹੋਵੇਗਾ ਤੇ ਲਾਸਟ ਪੇਪਰ 16 7 2024 ਨੂੰ ਹੋਵੇਗਾ ਇਹ ਚੋਣਵੇਂ ਵਿਸ਼ੇ ਦੇ ਪੇਪਰ ਹਨ ਇਸ ਤੋਂ ਇਲਾਵਾ 10ਵੀਂ ਜਮਾਤ ਦੀ ਅਸੀਂ ਡੇਟ ਸ਼ੀਟ ਨੂੰ ਦੇਖਦੇ ਹਾਂ 10ਵੀਂ ਜਮਾਤ ਦੇ ਜੋ ਜੁਲਾਈ ਮਹੀਨੇ ਵਿੱਚ ਕੰਪਾਰਟਮੈਂਟ ਦੇ ਪੇਪਰ ਹੋਣਗੇ ਪਹਿਲਾ ਪੇਪਰ 4/7/2024 ਨੂੰ ਹੋਵੇਗਾ ਪੰਜਾਬੀ A ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ ਨੈਕਸਟ ਪੇਪਰ 5 ਤਰੀਕ ਨੂੰ ਫਿਰ 6 ਤਰੀਕ ਨੂੰ 8 9 10 11 12 ਤੇ ਲਾਸਟ ਪੇਪਰ 16/7/2024 ਨੂੰ ਹੋਵੇਗਾ ਦੋਸਤੋ ਜਿਹੜੇ ਵਿਦਿਆਰਥੀਆਂ ਦੀ 12ਵੀਂ ਜਮਾਤ ਵਿੱਚੋਂ ਕੰਪਾਰਟਮੈਂਟ ਆਈ ਹੈ ਤੇ ਉਹਨਾਂ ਦਾ ਪੇਪਰ ਜੁਲਾਈ ਮਹੀਨੇ ਵਿੱਚ ਹੋਵੇਗਾ ਪਹਿਲਾ ਪੇਪਰ 4/7/2024 ਨੂੰ ਹੋਵੇਗਾ ਰਾਜਨੀਤੀ ਸ਼ਾਸਤਰ ਫਿਜ਼ਿਕਸ ਤੇ ਆਖਰੀ ਪੇਪਰ 19/7/2024 ਨੂੰ ਹੋਵੇਗਾ ਕੰਪਿਊਟਰ ਸਾਇੰਸ ਦਾ ਦੋਸਤੋ ਪੇਪਰ ਸ਼ੁਰੂ ਹੋਣ ਦਾ ਸਮਾਂ ਸਵੇਰੇ 11 ਵਜੇ ਹੈ ਇਸ ਕਰਕੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪ੍ਰੀਖਿਆ ਕੇਂਦਰ ਵਿੱਚ ਸਵੇਰੇ 10:30 ਵਜੇ ਤੋਂ ਪਹਿਲਾਂ ਪਹੁੰਚ ਜਾਣ ਤਾਂ ਕਿ ਕੋਈ ਵੀ ਮੁਸ਼ਕਲ ਨਾ ਆਵੇ ਇਸ ਤੋਂ ਇਲਾਵਾ 5ਵੀਂ 8ਵੀਂ 10ਵੀਂ ਤੇ 12ਵੀਂ ਜਮਾਤ ਦੇ ਐਡਮਿਟ ਕਾਰਡ ਜਦੋਂ ਵੀ ਡਾਊਨਲੋਡ ਹੋਣੇ ਸ਼ੁਰੂ ਹੋ ਜਾਣਗੇ ਤਾਂ ਇੱਕ ਵੀਡੀਓ ਰਾਹੀਂ ਤੁਹਾਨੂੰ ਮੈਂ ਇਸ ਦੀ ਜਾਣਕਾਰੀ ਦੇ ਦੇਵਾਂਗਾ ਤੁਹਾਨੂੰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਕੀਪ ਲਰਨਿੰਗ ਲਰਨ ਮੋਰ ਥੈਂਕ ਯੂ